ਐਂਡ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਜਿਹੜੇ ਇਸ ਚੈਨਲ 'ਤੇ ਨਵੇਂ ਨੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਮੈਂ ਤੁਹਾਨੂੰ ਸਿਖਾਊਂਗੀ ਕਿ ਗੋਲ ਦਸਤਾਰ, ਗੋਲ ਦੁਮਾਲਾ ਕਿਵੇਂ ਬਣੀਦਾ ਹੈ। ਸੋ ਐਂਡ ਤੱਕ ਜ਼ਰੂਰ ਦੇਖਿਓ। ਜਿੰਨੇ ਜਿਹੜੇ ਇਸ ਚੈਨਲ 'ਤੇ ਨਵੇਂ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਮਿੱਤਰੋ, ਪੰਜਾਬੀ ਵੀਰਿਓ, ਆਪਾਂ ਅੱਜ ਤੁਹਾਨੂੰ ਸਿਖਾਵਾਂਗੇ ਗੋਲ ਦਸਤਾਰ ਕਿਵੇਂ ਬਣੀਦੀ ਹੈ। ਇਹ ਗੋਲ ਦੁਮਾਲਾ ਟਿਊਟੋਰੀਅਲ ਹੈ, ਇਹਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਤੁਹਾਨੂੰ ਵੀ ਸਿੱਖਣ ਨੂੰ ਮਿਲੂਗਾ। ਅੱਗੇ ਵੀ ਆਪਣੇ ਫਰੈਂਡਸ ਨੂੰ ਸ਼ੇਅਰ ਕਰ ਦਿਓ ਅਤੇ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੂਗਾ ਕਿ ਗੋਲ ਦਸਤਾਰ ਕਿੱਦਾਂ ਬਣੀ ਦੀ ਹੈ। ਐਂਡ ਤੱਕ ਜ਼ਰੂਰ ਦੇਖਿਓ। ਲੋ ਵੀ ਪੰਜਾਬੀ ਵੀਰੇ, ਸਭ ਤੋਂ ਪਹਿਲਾਂ ਦਸਤਾਰ ਸਜਾਉਣ ਤੋਂ ਪਹਿਲਾਂ ਆਪਾਂ ਆਪਣੇ ਕੇਸ ਚੰਗੀ ਤਰ੍ਹਾਂ ਵਾਹ ਲੈਣੇ ਆ। ਮੇਰੇ ਤਾਂ ਵੈਸੇ ਵੀ ਬਹੁਤ ਜ਼ਿਆਦਾ ਵਾਲ ਝੜ ਚੁੱਕੇ ਆ। ਪਹਿਲਾਂ ਮੇਰੇ ਵਿਆਹ ਤੋਂ ਪਹਿਲਾਂ ਹੇਅਰ ਬਹੁਤ ਲੰਬੇ ਹੁੰਦੇ ਸੀਗੇ, ਬਟ ਹੁਣ ਝੜ ਚੁੱਕੇ ਆ, ਤੁਸੀਂ ਦੇਖ ਹੀ ਸਕਦੇ ਹੋ। ਪਤਾ ਨਹੀਂ ਪਾਣੀ ਦਾ ਫਰਕ ਹੁੰਦਾ। ਬਾਕੀ ਜੇ ਕਿਸੇ ਕੋਲ ਵਧੀਆ ਰੈਮੇਡੀ ਹੋਏ ਹੇਅਰ ਫਾਲ ਦੀ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਸਭ ਤੋਂ ਪਹਿਲਾਂ ਆਪਾਂ ਲੈਣਾ 2 ਮੀਟਰ ਦਾ ਜਾਂ 1.5 ਮੀਟਰ ਦਾ ਬੇਸ, ਅਤੇ ਮੈਂ ਵੈਸੇ 1 ਮੀਟਰ ਦਾ ਹੀ ਲਿਆ। ਅੱਧਾ ਮੀਟਰ ਹੀ ਹੋਣਾ ਸ਼ਾਇਦ, ਅੱਧਾ ਜਾਂ 1 ਮੀਟਰ, ਕਿਉਂਕਿ ਮੈਂ ਜ਼ਿਆਦਾ ਵੱਡੀ ਦਸਤਾਰ ਨਹੀਂ ਬਣਦੀ। ਸੋ ਸਭ ਤੋਂ ਪਹਿਲਾਂ ਇੱਦਾਂ ਜਿਵੇਂ ਮੈਂ ਰੱਖਿਆ ਉੱਦਾਂ ਰੱਖ ਕੇ ਤੁਸੀਂ ਆਪਣੇ ਸਾਰੇ ਵਾਲਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣਾ ਅਤੇ ਇੱਦਾਂ ਗੋਲ ਗੋਲ ਘੁਮਾ ਲੈਣਾ ਆ। ਘੁਮਾਉਣ ਤੋਂ ਬਾਅਦ ਆ ਦੇਖੋ, ਇੱਦਾਂ ਬੇਸ ਨੂੰ ਸੈੱਟ ਕਰਨਾ ਆ ਅਤੇ ਜਿਹੜਾ ਪਿੱਛੇ ਵਾਲੀ ਦਸਤਾਰ ਹੈ ਉਹਨੂੰ ਅੱਗੇ ਲਿਆ ਕੇ ਬਾਕੀ ਦਾ ਵੀ ਜਿਹੜਾ ਆਪਣਾ ਜੂੜਾ ਆ ਉਹਨੂੰ ਕਵਰ ਕਰ ਦੇਣਾ ਆ। ਸੋ ਇਹ ਆਪਣਾ ਬੇਸ ਤਿਆਰ ਹੋ ਜੂਗਾ। ਅਤੇ ਜਿਹੜੇ ਚਾਹੁੰਦੇ ਨੇ ਵੱਡਾ ਬੇਸ ਬਣਨਾ, ਉਹ 2 ਜਾਂ 2.5 ਮੀਟਰ ਦੀ ਵੀ ਲੈ ਸਕਦੇ ਹੋ ਦਸਤਾਰ। ਫਿਰ ਆਪਾਂ ਬਣਾਂਗੇ ਬੇਸ। ਸਭ ਤੋਂ ਪਹਿਲਾਂ ਮੈਂ ਤਿਆਰ ਕਰਨ ਲੱਗੀ ਹਾਂ ਬੇਸ, ਇਹ ਹੈਗਾ 3 ਮੀਟਰ ਦਾ ਹੋਏਗਾ, 2.5 ਜਾਂ 3 ਮੀਟਰ ਦਾ ਤੁਸੀਂ ਲੈ ਸਕਦੇ ਹੋ। ਅਗਰ ਤੁਸੀਂ ਜ਼ਿਆਦਾ ਵੱਡੀ ਦਸਤਾਰ ਚਾਹੁੰਦੇ ਹੋ ਤਾਂ ਤੁਸੀਂ ਛੋਟਾ ਵੀ ਮਤਲਬ ਬੇਸ ਰੱਖ ਸਕਦੇ ਹੋ, ਫੁੱਲ ਡਿਪੈਂਡਸ। ਸੋ ਪੰਜਾਬੀ ਵੀਰਿਓ, ਇੱਥੇ ਵੀਡੀਓ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੇਰੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਸੋ ਤਾਂ ਕਰਕੇ ਮੈਨੂੰ ਹੁਣ ਡਬਿੰਗ ਕਰਨੀ ਪੈ ਰਹੀ ਹੈ। ਸੋ ਆਪਾਂ ਪਹਿਲਾਂ ਲਵਾਂਗੇ ਬੇਸ ਤਿਆਰ ਕਰਾਂਗੇ। ਇਹ ਹੁੰਦਾ ਆ ਪੂਰਾ ਵੱਡਾ ਬਾਰ ਵਾਲਾ ਦੁਮਾਲਾ ਹੁੰਦਾ, ਮੈਂ ਵਿੱਚੋਂ ਕੱਟ ਕਰਕੇ ਬੰਨ ਰਹੀ ਹਾਂ ਅਤੇ ਇਹਨੂੰ ਹਾਫ ਫੋਲਡ ਕਰ ਲੈਣਾ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ। ਸੋ ਇਹਨੂੰ ਹਾਫ ਫੋਲਡ ਕਰਕੇ ਹੀ ਤੁਸੀਂ ਇੱਦਾਂ ਹੀ ਬੰਨਣਾ। ਅਤੇ ਅਗਰ ਚਾਹੋ ਤਾਂ ਚੌੜੇ ਬਾਰ ਵਾਲਾ, ਫਿਰ ਉਹ ਮੋਟਾ ਮੋਟਾ ਆਉਂਦਾ, ਉਹ ਸਹੀ ਨਹੀਂ ਆਉਂਦਾ, ਇਸ ਕਰਕੇ ਮੈਂ ਇਹਨੂੰ ਹਾਫ ਕੱਟ ਕਰਕੇ ਹੀ ਬੰਨਿਆ। ਅਤੇ ਪੰਜਾਬੀ ਵੀਰੇ, ਆਵਾਜ਼ ਨੂੰ ਥੋੜ੍ਹਾ ਜਿਹਾ ਬਖਸ਼ ਲਿਓ ਕਿਉਂਕਿ ਮੈਨੂੰ ਕੋਲਡ ਹੋ ਗਿਆ, ਤੁਹਾਨੂੰ ਵੀ ਪਤਾ ਵੈਦਰ ਚੇਂਜ ਹੋ ਰਿਹਾ ਉਹਦੇ ਕਰਕੇ ਹੋ ਹੀ ਜਾਂਦਾ। ਸੋ ਆਪਾਂ ਫੋਕਸ ਕਰਦੇ ਹਾਂ ਦਸਤਾਰ 'ਤੇ। ਅਤੇ ਸਭ ਤੋਂ ਪਹਿਲਾਂ ਇੱਦਾਂ ਲੜ ਪਾ ਲੈਣਾ ਆ ਅਤੇ ਇਹਦੇ ਉੱਤੇ ਦੇ ਉੱਤੇ ਆਪਾਂ ਇੱਕ ਦੂਜੇ ਦੇ ਉੱਤੇ ਹੀ ਲੜ ਪਾਈ ਜਾਣੇ, ਇੱਦਾਂ ਹੀ ਆਪਣਾ ਬੇਸ ਤਿਆਰ ਹੋ ਜਾਣਾ। ਜੇ ਤੁਸੀਂ ਵੀਡੀਓ ਨੂੰ ਇੱਦਾਂ ਹੀ ਆਰਾਮ ਨਾਲ ਦੇਖੋਗੇ ਨਾ ਐਂਡ 'ਤੇ, ਤੁਹਾਨੂੰ ਫਿਰ ਹੀ ਸਮਝ ਆਉਣੀ ਹੈ। ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰ ਦੋਗੇ ਫਿਰ ਤੁਹਾਨੂੰ ਦਸਤਾਰ ਕਿਵੇਂ ਸਜਾਉਣੀ ਹੈ ਬਿਲਕੁਲ ਵੀ ਸਮਝ ਨਹੀਂ ਆਉਣੀ। ਸੋ ਇੱਦਾਂ ਹੀ ਦੇਖੋ, ਸਿੰਪਲ ਹੀ ਹੈ, ਆਪਣਾ ਹੱਥ ਦੀ ਸਾਰੀ ਖੇਡ ਹੈ ਕਿ ਹੱਥ ਨੂੰ ਕਿਵੇਂ ਚਲਾਉਣਾ ਅਤੇ ਸਫਾਈ ਕਿੱਦਾਂ ਰੱਖਣੀ ਹੈ। ਸੋ ਜਦੋਂ ਮੈਂ ਫੋਲਡ ਕੀਤਾ ਸੀਗਾ ਨਾ, ਉਹ ਵਾਲਾ ਪਾਸਾ ਤੁਸੀਂ ਰੱਖਣਾ ਆ ਅੱਗੇ ਨੂੰ, ਮਤਲਬ ਮੱਥੇ ਵਾਲੀ ਸਾਈਡ, ਅਤੇ ਉੱਪਰ ਵਾਲੇ ਪਾਸੇ ਨੂੰ ਰੱਖਣਾ ਦੂਜੀ ਸਾਈਡ। ਸੋ ਇੱਦਾਂ ਹੀ ਤੁਸੀਂ ਆਪਣਾ ਬੇਸ ਤਿਆਰ ਕਰ ਲੈਣਾ ਗੋਲ ਇੱਕਦਮ, ਅਤੇ ਉੱਪਰੋਂ ਵੀ ਨਾਲ ਨਾਲ ਪ੍ਰੈਸ ਕਰਨਾ ਆ, ਤਾਂ ਹੀ ਤੁਹਾਡੀ ਜਿਹੜੀ ਬੇਸ ਹੈ ਉਹਦੀ ਸੈਟਿੰਗ ਆਊਗੀ। ਜੇ ਤੁਹਾਡਾ ਬੇਸ ਹੀ ਟੇਢਾ ਹੋ ਗਿਆ ਜਾਂ ਸੈੱਟ ਨਹੀਂ ਨਾ ਆਇਆ, ਫਿਰ ਤੁਹਾਡਾ ਉੱਪਰ ਵਾਲਾ ਜਿਹੜੀ ਮੇਨ ਦਸਤਾਰ ਬੰਨੀ ਹੈ ਉਹ ਵੀ ਫਿਰ ਸੈੱਟ ਨਹੀਂ ਆਊਗੀ। ਇਸ ਕਰਕੇ ਤੁਹਾਨੂੰ ਬੇਸ ਵੀ ਬਿਲਕੁਲ ਧਿਆਨ ਨਾਲ ਹੀ ਬੰਨਣਾ ਪੈਣਾ ਆ। ਸੋ ਇਹ ਆਖਰੀ ਲੜ ਵੀ ਬਹੁਤ ਧਿਆਨ ਨਾਲ ਪਾਉਣਾ ਆ ਅਤੇ ਆਪਣਾ ਬੇਸ ਹੋ ਚੁੱਕਾ ਰੈਡੀ। ਤੁਸੀਂ ਹੱਥ ਨਾਲ ਚੰਗੀ ਤਰ੍ਹਾਂ ਇਸ ਨੂੰ ਪ੍ਰੈਸ ਕਰ ਲੈਣਾ ਆ।
ਅਤੇ ਜਿੰਨੇ ਵੀ ਕੇਸ ਤੁਹਾਡੇ ਬਾਹਰ ਆਏ ਨੇ ਉਹਨਾਂ ਨੂੰ ਸਿਲਾਈ ਨਾਲ ਆਪਾਂ ਅੰਦਰ ਕਰ ਲੈਣਾ ਆ ਦਸਤਾਰ ਬੰਨਣ ਤੋਂ ਪਹਿਲਾਂ, ਠੀਕ ਹੈ ਜੀ? ਅਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆ ਤੁਸੀਂ। ਸੋ ਬੇਸ ਆਪਣਾ ਰੈਡੀ ਹੋ ਗਿਆ, ਹੁਣ ਆਪਾਂ ਪਾਉਂਦੇ ਹਾਂ ਮੇਨ ਦਸਤਾਰ। ਸੋ ਮੇਨ ਦਸਤਾਰ ਲਈ ਮੈਂ ਲਈ ਹੈ ਫਿਰੋਜ਼ੀ ਕਲਰ ਦੀ ਆਪਣੀ ਟੀ ਸ਼ਰਟ ਨਾਲ ਮੈਚਿੰਗ। ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ, ਮੈਂ ਤੁਹਾਨੂੰ ਪਤਾ ਹੀ ਹੈ ਮੈਚਿੰਗ ਬੰਨ੍ਹਦੀ ਹਾਂ। ਅਤੇ ਇਹ ਜਿਹੜੀ ਦਸਤਾਰ ਹੈ ਇਹ ਹੈਗੀ ਹੈ 5 ਮੀਟਰ, ਅਤੇ ਜੇ ਤੁਸੀਂ ਵੱਡੀ ਦਸਤਾਰ ਸਜਾਉਣਾ ਚਾਹੁੰਦੇ ਹੋ ਤਾਂ ਤੁਸੀਂ ਥੋੜ੍ਹੀ ਜਿਹੀ 6 ਜਾਂ 7 ਮੀਟਰ ਦੀ ਵੀ ਲੈ ਸਕਦੇ ਹੋ। ਮੈਂ ਥੋੜ੍ਹੀ ਮੀਡੀਅਮ ਸਾਈਜ਼ ਦੀ ਸਜਾਉਂਦੀ ਹਾਂ, ਇਸ ਕਰਕੇ ਮੈਂ 5 ਮੀਟਰ ਦੀ ਹੀ ਪ੍ਰੈਫਰ ਕਰਦੀ ਹਾਂ। ਤੁਸੀਂ ਚਾਹੇ ਗੱਠ ਬਣਾ ਕੇ ਵੀ ਪਾ ਸਕਦੇ ਹੋ, ਚਾਹੇ ਇਹਨੂੰ ਡਬਲ ਜਿਵੇਂ ਮੈਂ ਦੱਸਿਆ ਸੀ ਆ ਦੇਖੋ ਡਬਲ ਫੋਲਡ ਕਰਕੇ ਵੀ ਪਾ ਸਕਦੇ ਹੋ। ਤਾਂ ਸੋ ਤੁਹਾਡੇ 'ਤੇ ਡਿਪੈਂਡ ਕਰਦਾ, ਮੈਂ ਗੱਠ ਬਣ ਕੇ ਪਾਉਂਦੀ ਹਾਂ। ਸਭ ਤੋਂ ਪਹਿਲਾਂ ਨਾਲ ਲੈਣਾ ਆਪਾਂ ਇੱਦਾਂ ਦੇ ਉੱਤੇ ਰੱਖਣਾ। ਸੋ ਗੱਠ ਨਾਲ ਸੌਖਾ ਰਹੇਗਾ ਆਈ ਥਿੰਕ, ਜਿਹੜੇ ਨਿਊ ਨੇ ਨਾ ਜਿਨ੍ਹਾਂ ਨੇ ਵਿਸਤਾਰ ਸਿੱਖਣੀ, ਮਤਲਬ ਫਸਟ ਟਾਈਮ ਵਿਸਤਾਰ ਸਿੱਖ ਰਹੇ ਨੇ, ਬਣ ਰਹੇ ਨੇ, ਟਰਾਈ ਕਰ ਰਹੇ ਨੇ, ਉਹਨਾਂ ਲਈ ਗੱਠ ਵੀ ਬੈਸਟ ਹੈ। ਸੋ ਇੱਦਾਂ ਹੀ ਟਿਕ ਜਾਂਦਾ। ਹੁਣ ਤੁਸੀਂ ਕੀ ਕਰਨਾ, ਇੱਦਾਂ ਫੜਨਾ ਲਾਈਨ, ਇੱਦਾਂ ਕਰਕੇ ਫਸਟ ਲਾਈਨ ਜਿਹੜਾ ਉਹ ਕੰਨ ਦੇ ਉੱਪਰੋਂ ਹੀ ਪਾਉਣਾ ਲਾਈਨ, ਠੀਕ ਹੈ? ਇੱਦਾਂ ਲਿਆ ਹੁੰਦਾ ਜੀ। ਹੁਣ ਤੁਸੀਂ ਫਸਟ ਲਾਈਨ ਦੇਖੋ ਕਿਵੇਂ ਪਾਉਣਾ। ਸੋਰੀ ਮਾਫ ਕਰਿਓ ਜੀ, ਮੇਰੀ ਸਟਾਰਟ ਹੋ ਗਈ। ਸੋ ਇਹਨੂੰ ਫੋਲਡ ਕਰਨਾ ਆਪਾਂ, ਆਹਲਾ ਪਾਸਾ ਨੀਚੇ ਰੱਖਣਾ ਅਤੇ ਆਹ ਲਾਈਨ ਵਾਲਾ ਜਿਹੜੇ ਡਬਲ ਲੇਅਰ ਵਾਲਾ ਪਾਸਾ ਉੱਪਰ ਰੱਖਣਾ। ਸੋ ਇਹਨੂੰ ਆਪਦੇ ਹੱਥ ਨਾਲ ਇੱਦਾਂ ਫੜਨਾ, ਇੱਥੋਂ ਉੱਤੋਂ ਸੈੱਟ ਕਰਕੇ ਇਹਨੂੰ ਥੋੜ੍ਹਾ ਜਿਹਾ ਡਬਲ ਕਰ ਲੈਣਾ, ਉੱਪਰੋਂ ਫੋਲਡ ਕਰਨਾ। ਮੇਨ ਤੁਹਾਡਾ ਲੜ ਜਿਹੜਾ ਹੁੰਦਾ ਪਹਿਲਾਂ ਹੁੰਦਾ ਉਹ ਵਧੀਆ ਪੈਣਾ ਚਾਹੀਦਾ, ਉਸ ਤੋਂ ਬਾਅਦ ਸਾਰੀ ਦਸਤਾਰ ਹੀ ਆਪੇ ਸੋਹਣੀ ਆਉਂਦੀ ਹੈ। ਸੋ ਆ ਦੇਖੋ ਥੋੜ੍ਹਾ ਥੋੜ੍ਹਾ ਫੋਲਡ ਕਰਕੇ ਕੰਮ ਨੂੰ ਫੜ ਕੇ ਥੋੜ੍ਹਾ ਜਿਹਾ ਕੰਮ ਪਾਰ ਕਰਨਾ। ਸੋ ਆਪਾਂ ਤੁਸੀਂ ਚਾਹੇ ਨੀਵਾਂ ਨਾ ਰੱਖੋ, ਥੋੜ੍ਹਾ ਜਿਹਾ ਉੱਪਰ ਰੱਖ ਸਕਦੇ ਹੋ, ਮੇਰਾ ਥੋੜ੍ਹਾ ਜਿਹਾ ਨੀਵਾਂ ਹੈ, ਜਿਹਦਾ ਮੱਥਾ ਚੌੜਾ ਹੁੰਦਾ ਥੋੜ੍ਹਾ ਉੱਪਰ ਦਾ ਨਹੀਂ ਰੱਖ ਸਕਦਾ। ਮੈਂ ਵੀ ਕਰ ਹੀ ਲੈਂਦੀ ਹਾਂ ਥੋੜ੍ਹਾ ਜਿਹਾ ਉੱਪਰ, ਜ਼ਿਆਦਾ ਨੀਵਾਂ ਨਹੀਂ, ਮੈਨੂੰ ਵਧੀਆ ਲੱਗਦਾ, ਮੇਰਾ ਮੇਰੀ ਜੱਜਦਾ ਨਹੀਂ, ਜੱਜਣ ਦੀ ਗੱਲ ਹੁੰਦੀ ਹੈ। ਸੋ ਇੰਨਾ ਠੀਕ ਹੈ, ਆਹ ਦੇਖੋ ਪਹਿਲਾਂ ਲੜ ਲਿਆ ਹੁੰਦਾ, ਹੁਣ ਦੂਸਰਾ ਲੜ ਵੀ ਆਹ ਚੀਜ਼ ਨੂੰ ਖਿੱਚ ਕੇ ਰੱਖਣਾ। ਸੋ ਪੰਜਾਬੀ ਵੀਰਿਓ, ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਆਪਾਂ ਲੜ ਪਾਉਣਾ ਆ, ਪਹਿਲਾ ਲੜ ਸਭ ਤੋਂ ਜ਼ਿਆਦਾ ਮਤਲਬ ਵਧੀਆ ਹੋਣਾ ਚਾਹੀਦਾ, ਉਹਦੇ ਉੱਪਰ ਹੀ ਤੁਹਾਡਾ ਸਾਰਾ ਦਸਤਾਰ ਸਜਾਈ ਜਾਂਦੀ ਆ। ਅਤੇ ਲੜ ਨੂੰ ਜਿਵੇਂ ਮੈਂ ਦੱਸਿਆ ਸੀਗਾ ਖਿੱਚ ਕੇ ਰੱਖਣਾ ਆ। ਸੈਕਿੰਡ ਲੜ ਵੀ ਸੇਮ ਇੱਦਾਂ ਹੀ ਪਊਗਾ, ਪਰ ਅੱਧਾ ਇੰਚ ਤੋਂ ਥੋੜ੍ਹੇ ਜਿਹੇ ਘੱਟ ਗੈਪ 'ਤੇ, ਠੀਕ ਹੈ? ਮਤਲਬ ਇੱਕ ਉਂਗਲ ਦਾ ਪੋਟਾ ਹੁੰਦਾ ਆ, ਅੱਧਾ ਅੱਧਾ ਉਨੇ ਉਨੇ ਗੈਪ 'ਤੇ ਤੁਸੀਂ ਲੜ ਪਾ ਸਕਦੇ ਹੋ। ਅਤੇ ਜੇ ਤੁਸੀਂ ਚਾਹੋ ਤਾਂ ਇੱਕ ਲੜ ਦੇ 5 ਤੋਂ 6 ਲੜ ਵੀ ਬਣਾ ਸਕਦੇ ਹੋ, ਉਹ ਵੀ ਮੈਂ ਤੁਹਾਨੂੰ ਦੱਸੂੰਗੀ ਵੀਡੀਓ ਵਿੱਚ ਵੀ ਕਿੱਦਾਂ ਬਣਾਈਦਾ ਆ। ਸੋ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ, ਤੁਹਾਨੂੰ ਜ਼ਰੂਰ ਸਮਝ ਆਊਗਾ ਵੀ ਦਸਤਾਰ ਆਪਾਂ ਗੋਲ ਦਸਤਾਰ ਕਿੱਦਾਂ ਸਜਾਉਣੀ ਆ। ਅਤੇ ਮੇਨ ਜਿਹੜੀ ਆ ਹੱਥਾਂ ਦੀ ਸਫਾਈ ਵੀ ਜ਼ਰੂਰੀ ਹੈ, ਉੱਪਰੋਂ ਵੀ ਚੰਗੀ ਤਰ੍ਹਾਂ ਫੋਲਡ ਕਰਨਾ, ਜ਼ਿਆਦਾ ਵੀ ਨਹੀਂ ਫੋਲਡ ਕਰਨਾ ਤਾਂ ਕਿ ਉਹ ਮੋਟਾ ਮੋਟਾ ਇੱਕ ਪਾਸੇ ਇਕੱਠਾ ਹੋ ਜਾਵੇ। ਬਿਲਕੁਲ ਆਪਾਂ ਦਸਤਾਰ ਨੂੰ ਬਰਾਬਰ ਰੱਖ ਕੇ ਹੀ ਬੰਨਣਾ ਆ, ਜਿਸ ਤਰ੍ਹਾਂ ਮੈਂ ਬੰਨ ਰਹੀ ਹਾਂ। ਉੱਪਰੋਂ ਆਪਾਂ ਬਾਅਦ ਚੋਂ ਸੈੱਟ ਕਰਾਂਗੇ, ਪਹਿਲੇ ਇੱਦਾਂ ਤੁਸੀਂ
ਤਿੰਨ ਲੜ ਪਾ ਲੈਣਾ, ਫਿਰ ਇਹਦੇ ਉੱਤੇ ਇੱਕ ਹੋਰ ਲੜ ਪਏਗਾ, ਉਸ ਤੋਂ ਬਾਅਦ ਆਪਾਂ ਇਹਨੂੰ ਕਵਰ ਕਰਾਂਗੇ। ਸੋ ਆਹ ਦੇਖੋ, ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹ ਐਵੇਂ ਪੁੱਠਾ ਨਾ ਹੋਵੇ, ਜੇ ਪੁੱਠਾ ਹੋ ਗਿਆ ਤੁਹਾਡੀ ਲੜ ਨਹੀਂ ਬਣਨਾ ਸੀ। ਇਹਨੂੰ ਹਮੇਸ਼ਾ ਇੱਦਾਂ ਹੀ ਖਿੱਚਣਾ ਅਤੇ ਇੱਦਾਂ ਹੀ ਫੋਲਡ ਕਰਨਾ ਹਮੇਸ਼ਾ। ਜੇ ਨਹੀਂ ਤੁਹਾਨੂੰ ਸਮਝ ਆ ਰਹੀ ਤਾਂ ਸਲੋਮੋ ਕਰਕੇ ਦੇਖ ਲਓ, ਇੱਦਾਂ ਇਹਨੂੰ ਡਬਲ ਕਰਕੇ। ਸੋ ਹੁਣ ਆਪਾਂ ਬਣਾਉਂਗੇ ਚੌਥਾ ਲੜ ਆਪਣਾ। ਜੀ ਪਿਆ ਕਾਫੀ, ਡੇਢ ਕੁ ਮੀਟਰ ਪਿਆ, ਜਦੋਂ ਅੱਧਾ ਕੁ ਮੀਟਰ ਰਹੇਗਾ ਉਦੋਂ ਕਵਰ ਕਰਨਾ। ਦੇਖੋ ਹੁਣ ਮੈਂ ਚੌਥਾ ਲੜ ਵੀ ਸੇਮ ਉੱਦਾਂ ਹੀ ਪਾਉਣ ਲੱਗੀ। ਸੋ ਮੈਂ ਇੱਦਾਂ ਕਰਦੇ ਕਰਦੇ ਚਾਰ ਲੜ ਪਾ ਚੁੱਕੀ ਹਾਂ, ਤੁਸੀਂ ਚਾਹੋ ਪੰਜ ਜਾਂ ਛੇ ਵੀ ਪਾ ਸਕਦੇ ਹੋ। 6-7 ਜਦੋਂ ਥੋੜ੍ਹਾ ਜਿਹਾ ਰਹਿ ਗਿਆ ਅੱਧਾ ਮੀਟਰ ਦਾ ਦੁਮਾਲਾ, ਉਦੋਂ ਆਪਾਂ ਪੂਰੇ ਦੁਮਾਲੇ ਨੂੰ ਕਵਰ ਕਰਨਾ ਜਿਸ ਤਰ੍ਹਾਂ ਮੈਂ ਕਰਨ ਲੱਗੀ ਹਾਂ। ਹਾਫ ਫੋਲਡ ਕਰਕੇ ਤੁਸੀਂ ਬੰਨਣਾ ਆ, ਠੀਕ ਹੈ ਜੀ। ਲੈਂਟਰ ਮਤਲਬ ਕਵਰ ਕਰਨਾ, ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਨਾਲ ਦੇਖਿਓ ਕਿ ਕਵਰ ਕੀਤਾ ਕਰਨਾ। ਇੱਦਾਂ ਹੀ ਸੇਮ ਪ੍ਰੋਸੈਸ ਰੱਖਣਾ ਜਿਵੇਂ ਚਾਰ ਲੜ ਵਿੱਚ ਰੱਖਿਆ ਸੀ, ਬਟ ਇਹ ਆਪਾਂ ਹੁਣ ਇਹਨੂੰ ਹਾਫ ਰੱਖਣਾ, ਹਾਫ ਉੱਪਰ ਤੱਕ ਨਹੀਂ ਲੈ ਕੇ ਜਾਣਾ, ਪੂਰਾ ਨਹੀਂ ਲੜ, ਹਾਫ ਰੱਖਣਾ ਅਤੇ ਇਹਨੂੰ ਖਿੱਚ ਦੇਣਾ, ਅਤੇ ਇਹਨੂੰ ਥੋੜ੍ਹਾ ਜਿਹਾ ਉੱਪਰ ਵੱਲ ਨੂੰ ਐਂ ਕਰਕੇ ਦੇਖੋ, ਹੌਲੀ ਹੌਲੀ ਮੈਂ ਲੈ ਕੇ ਜਾਂਦੀ ਹਾਂ, ਇੱਥੇ ਖਿੱਚ ਪਾ ਕੇ ਰੱਖਣੀ ਹੈ ਅਤੇ ਇਹਨੂੰ ਹਾਫ ਫੋਲਡ ਕਰਕੇ ਇੱਦਾਂ ਕਰਕੇ ਲਿਆਉਣਾ। ਅਤੇ ਆਹ ਜਿਹੜੀ ਉੱਪਰ ਵਾਲੀ ਚੀਜ਼ ਹੈ ਨਾ, ਮੈਂ ਥੋੜ੍ਹਾ ਜਿਹਾ ਥੱਲੇ ਬਣਾਉਂਦੀ ਹਾਂ, ਮੈਂ ਪਹਿਲਾਂ ਥੋੜ੍ਹਾ ਉੱਪਰ, ਇਹਨੂੰ ਆ ਚੀਜ਼ ਨੂੰ ਉੱਪਰ ਕਰਕੇ ਇੱਦਾਂ ਪਿੱਛੇ ਨਾਲ ਲੈ ਕੇ ਦੇਣਾ। ਆਹ ਲੜ ਨੂੰ ਤੁਸੀਂ ਪਾ ਲਓ, ਫਿਰ ਇੱਦਾਂ ਹੀ ਸੇਮ ਪ੍ਰੋਸੈਸ ਰਿਪੀਟ ਕਰਨਾ। ਆਹ ਦੇਖੋ, ਸੋ ਇਹ ਜਿਹੜਾ ਕਵਰ ਕਰਨ ਵਾਲਾ ਹੈਗਾ ਲੜ, ਤੁਸੀਂ ਬਹੁਤ ਧਿਆਨ ਨਾਲ ਪਾਉਣਾ ਆ, ਬਿਲਕੁਲ ਸਫਾਈ ਨਾਲ ਪਾਉਣਾ ਆ। ਮੇਰੀ ਦੇਖ ਲਓ ਕਿੰਨੀ ਜ਼ਿਆਦਾ ਸਫਾਈ ਆ, ਆਈ ਥਿੰਕ ਮੈਨੂੰ ਪ੍ਰੈਕਟਿਸ ਜ਼ਿਆਦਾ ਹੋ ਗਈ। ਮਤਲਬ ਤੁਸੀਂ ਡੇਲੀ ਪ੍ਰੈਕਟਿਸ ਕਰੋਗੇ ਤਾਂ ਤੁਹਾਡਾ ਵੀ ਹੱਥ ਇੱਦਾਂ ਹੀ ਸਾਫ਼ ਹੋ ਜਾਊਗਾ, ਅਤੇ ਜਿਹੜਾ ਪਿੱਛੇ ਵਾਲਾ ਮਟੀਰੀਅਲ ਹੈ ਦਸਤਾਰ ਦਾ ਸਟੱਫ ਬਚ ਗਿਆ, ਉਹ ਤੁਸੀਂ ਲੜ ਵਿੱਚ ਚੰਗੀ ਤਰ੍ਹਾਂ ਖਿਲਾਰ ਕੇ ਕਵਰ ਕਰ ਲੈਣਾ, ਠੀਕ ਹੈ ਜੀ। ਅਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀ, ਤੁਹਾਨੂੰ ਹੈ ਨਾ ਵੀ ਦਸਤਾਰ ਵਧੀਆ ਆਈ, ਦੇਖ ਕੇ ਸਜਾ ਕੇ ਦੇਖਿਓ ਇੱਕ ਵਾਰ। ਸੋ ਇੰਨਾ ਕੁ ਬਚ ਗਿਆ, ਹੁਣ ਮੈਂ ਇਹਨੂੰ ਅੰਦਰ ਮਰਜ ਕਰ ਦਾਂਗੀ। ਅਤੇ ਜਿਹੜਾ ਇੱਕ ਮੈਂ ਲੈਂਡਰ ਪਾਇਆ ਸੀ ਉਹ ਮਤਲਬ ਜਿਹੜਾ ਦਸਤਾਰ ਏਰੀਆ ਕਵਰ ਕੀਤਾ ਸੀ ਉਹ ਧਿਆਨ ਨਾਲ ਪਾਉਣਾ, ਅਤੇ ਜਿਹੜਾ ਆਪਾਂ ਲਾਸਟ ਵਾਲਾ ਲੜ ਪਾਉਣਾ ਅਤੇ ਫਸਟ ਵਾਲਾ, ਇਹ ਤਿੰਨ ਲੜ ਜਿਹੜੇ ਆ ਉਹ ਬਹੁਤ ਹੀ ਧਿਆਨ ਨਾਲ ਪਾਉਣੇ ਪੈਣੇ ਆ ਤੁਹਾਨੂੰ। ਇਹੀ ਮੇਨ 'ਤੇ ਜਿਹੜੀ ਆ ਦਸਤਾਰ ਆਪਣੀ ਟਿੱਕਦੀ ਹੈ। ਸੋ ਠੀਕ ਹੈ, ਆ ਦੇਖੋ ਹੁਣ ਇੰਨਾ ਕੁ ਬਚ ਗਿਆ, ਹੁਣ ਮੈਂ
ਪਹਿਲੇ ਚੈੱਕ ਕਰਾਂਗੀ ਕਿ ਲੜ ਪੂਰਾ ਬੱਚਾ ਹੈ, ਅੱਗ ਬਣੇ ਇੰਨਾ ਕੁ ਬਚ ਜਾਏਗਾ। ਮੈਂ ਟਰਾਈ ਕਰ ਸਕਦੀ ਹਾਂ ਕਿ ਲਾੜੇ ਨੂੰ ਪੂਰਾ ਕਵਰ ਕਰਾਂ, ਬਟ ਜੇ ਮੈਂ ਇਹਦੇ ਵਿੱਚ ਪਾ ਤਾਂ ਫਿਰ ਇਹ ਥੋੜ੍ਹਾ ਜਿਹਾ ਮੋਟਾ ਹੋ ਜਾਏਗਾ। ਸੋ ਮੈਂ ਟਰਾਈ ਕਰੂੰਗੀ ਕਿ ਮੈਂ ਪੂਰਾ ਹੀ ਇਹਨੂੰ ਐਂਡ ਤੱਕ ਲੈ ਆਵਾਂ। ਹੋ ਗਿਆ ਗਾਈਸ, ਹੋ ਗਿਆ। ਇਹਨੂੰ ਆਪਾਂ ਸਿਲਾਈ ਨਾਲ ਸੈੱਟ ਕਰਾਂਗੇ। ਹੁਣ ਤੁਸੀਂ ਸਿਲਾਈ ਨਾਲ ਪੂਰਾ ਆਪਣਾ ਦਸਤਾਰ ਜਿਹੜੀ ਉਹ ਸੈੱਟ ਕਰ ਲੈਂਦੇ ਐਕਸਟਰਾ, ਅਗਰ ਤੁਹਾਨੂੰ ਲੱਗਦਾ ਐਕਸਟਰਾ ਹੈ। ਆਹ ਦੇਖੋ ਥੋੜ੍ਹਾ ਜਿਹਾ ਦਸਤਾਰ ਨੂੰ ਆਪਾਂ ਕੰਨ ਤੋਂ ਖਿੱਚ ਲਵਾਂਗੇ, ਇੱਦਾਂ ਦਸਤਾਰ ਕੰਨ ਥੋੜ੍ਹੇ ਜਿਹੇ ਬਾਹਰ ਕੱਢਾਂਗੇ ਕਿਉਂਕਿ ਟਾਈਟ ਹੋ ਜਾਂਦੀ ਹੈ ਜ਼ਿਆਦਾ। ਅਗਰ ਤੁਹਾਨੂੰ ਲੱਗਦਾ ਟਾਈਟ ਹੈ ਤਾਂ ਤੁਸੀਂ ਕੰਨ ਬਾਹਰ ਕੱਢ ਕੇ ਢਿੱਲੀ ਕਰ ਸਕਦੇ ਹੋ। ਸੋ ਸਫਾਈ ਨਾਲ ਆਪਾਂ ਬਾਹਰ ਅੰਦਰ ਕਰ ਲੈਣੇ ਹੈ। ਕੰਨ ਮੇਰਾ ਮੁੜ ਗਿਆ ਸੀ, ਅਗਰ ਕੰਨ ਮੁੜ ਜਾਂਦਾ ਸਫਾਈ ਨੂੰ ਐਵੇਂ ਸਿੱਧਾ ਕਰ ਸਕਦਾ। ਸੋ ਮੈਂ ਹੁਣ ਤੁਹਾਨੂੰ ਮਿਲਦੀ ਹਾਂ ਲੜ ਸਾਫ਼ ਕਰਕੇ। ਸੋ ਇਹ ਸੀਗਾ ਮੇਰਾ ਹਾਊ ਟੂ ਟਾਈ ਗੋਲ ਦਸਤਾਰ। ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਅਤੇ ਨੈਕਸਟ ਵੀਡੀਓ ਕਿਹੜੀ ਤੁਸੀਂ ਚਾਹੁੰਦੇ ਹੋ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵੀਡੀਓ। ਓਕੇ ਬਾਏ, ਡੂ ਸਬਸਕ੍ਰਾਈਬ ਟੂ ਮਾਈ ਚੈਨਲ। ਬਾਏ।